ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਸ਼ੋਅ। ਅੱਜ ਦਾ ਮੁੱਦਾ, ਯੂਕੇ ਅਤੇ ਯੂਰਪ ਦੇ ਵਿੱਚ ਵੱਸਦੇ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ। ਅੱਜ ਜਿਹੜੇ ਮੁੱਦੇ ਦੇ ਉੱਤੇ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ ਉਹ ਮੁੱਦਾ ਪੰਜਾਬ ਦੀ ਧਰਤੀ ਦੇ ਉੱਤੇ ਸੂਬੇ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਭਗਦਾ ਜਾ ਰਿਹਾ, ਔਰ ਜੇਕਰ ਮੁੱਦਿਆਂ ਦੀ ਗੱਲ ਕਰੀਏ ਚਾਹੇ ਉਹ ਮੁੱਦੇ ਧਾਰਮਿਕ ਹੋਣ, ਸਮਾਜਿਕ ਹੋਣ ਜਾਂ ਫਿਰ ਸਿਆਸਤ ਨਾਲ ਜੁੜੇ ਹੋਣ, ਤਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਸਾਹਮਣੇ ਲੈ ਕੇ ਆਈਏ ਔਰ ਤੁਸੀਂ ਉਸ ਮੁਤੱਲਕ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕੋ। ਔਰ ਇਹ ਤੁਸੀਂ ਕਰਦੇ ਵੀ ਪਿਛਲੇ ਕਈ ਮੁੱਦਿਆਂ ਦੇ ਵਿੱਚ ਆ ਵੀ ਰਹੇ ਹੋ, ਔਰ ਮੈਂ ਤੁਹਾਨੂੰ ਦਰਖਾਸਤ ਵੀ ਕੀਤੀ ਸੀ ਕਿ ਮੈਂ ਜ਼ਰੂਰ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਦਾ ਜੋ ਕਿ ਵਾਕਈ ਹੀ ਪਬਲਿਕ ਡੋਮੇਨ ਦੇ ਉੱਤੇ ਡਾਇਲੋਗ ਬਣੇ ਹੋਏ ਨੇ ਔਰ ਉਹਨਾਂ ਮੁਤੱਲਕ ਵਿਚਾਰ ਵਟਾਂਦਰਾ ਕਰਨਾ ਲਾਜ਼ਮੀ ਬਣ ਜਾਂਦਾ। ਔਰ ਜਦ ਗੱਲ ਉਹਨਾਂ ਮੁੱਦਿਆਂ ਦੀ ਕਰਦੇ ਹਾਂ ਤਾਂ ਅਜਿਹੇ ਮਸਲੇ ਜਿਹੜੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਦਿਨ ਬਰ ਦਿਨ ਭਗਦੇ ਜਾ ਰਹੇ ਨੇ ਔਰ ਲੱਗਦਾ ਕੀ ਹੋਏਗਾ ਹੁਣ ਇਸ ਧਰਤੀ ਦਾ। ਮੈਂ ਤੁਹਾਡੇ ਸਾਹਮਣੇ ਕਈ ਵੱਖ ਵੱਖ ਅਜਿਹੇ ਮਸਲੇ ਲੈ ਕੇ ਆਇਆ, ਲੇਕਿਨ ਅੱਜ ਜਿਸ ਮਸਲੇ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਉਹ ਇੱਕ ਐਨਾਲਿਸਿਸ ਹੋਏਗੀ। ਉਹ ਐਨਾਲਿਸਿਸ ਤੁਸੀਂ ਵੀ ਸਾਡੇ ਨਾਲ ਸਹਿਯੋਗ ਕਰੋਗੇ ਕਿਉਂਕਿ ਤੁਸੀਂ ਸਾਨੂੰ ਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਹੋ ਔਰ ਅਸੀਂ ਵੀ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਬਣੇਗਾ। ਯਾਦ ਹੋਣਾ ਤੁਹਾਨੂੰ ਕਿ ਜਦ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਪੰਜਾਬ ਦੇ ਤਾਂ ਸਾਰਿਆਂ ਨੂੰ ਉਮੀਦਾਂ ਸੀ ਕਿ ਹੁਣ ਜਿਹੜਾ ਪੰਜਾਬ ਦੀ ਧਰਤੀ ਦਾ ਮਾਡਲ ਹੈ ਉਹ ਥੋੜ੍ਹਾ ਜਿਹਾ ਚੇਂਜ ਹੋਏਗਾ, ਯਾਨੀ ਕਿ ਇੱਕ ਵਿਕਸਿਤ ਪੰਜਾਬ ਨੂੰ ਅਸੀਂ ਵੇਖਾਂਗੇ ਆਉਣ ਵਾਲੇ ਸਮਿਆਂ ਦੇ ਵਿੱਚ। ਔਰ ਮੈਨੂੰ ਯਾਦ ਹੈ ਕਿ ਵੱਖ ਵੱਖ ਜਿਹੜੇ ਮੁੱਖ ਮੰਤਰੀ ਆਏ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਸੀਗੇ, ਤਾਂ ਉਹਨਾਂ ਨੇ ਆਪਣੀ ਆਈਡੀਓਲੋਜੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਥੋਪਣ ਦੀ ਕੋਸ਼ਿਸ਼ ਕੀਤੀ ਔਰ ਉਹ ਹੋ ਵੀ ਰਹੀ ਹੈ। ਇਹ ਅੱਜ ਤੋਂ ਨਹੀਂ ਕਈ ਸਾਲਾਂ ਤੋਂ, ਯਾਨੀ ਕਿ 1947 ਤੋਂ ਬਾਅਦ ਇਹ ਸੰਤਾਪ ਜਿਹੜਾ ਪੰਜਾਬ ਨੂੰ ਹੰਡਾਉਣਾ ਪੈ ਰਿਹਾ, ਆਪਣੀ ਆਈਡੀਓਲੋਜੀ ਆਪਣੀ ਵਿਚਾਰਧਾਰਾ ਉਹ ਸੌਂਪ ਰਹੇ ਨੇ ਜਾਂ ਫਿਰ ਉਹ ਪੰਜਾਬ ਦੇ ਉੱਤੇ ਲਾਗੂ ਕਰ ਰਹੇ ਨੇ। ਹੁਣ 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਤਾਂ ਅਕਾਲੀਆਂ ਨੇ ਆਪਣੀ ਗੱਲ ਨੂੰ ਅੱਗੇ ਰੱਖਣ ਦੇ ਲਈ, ਆਪਣੇ ਵਿਚਾਰਾਂ ਨੂੰ ਅੱਗੇ ਰੱਖਣ ਦੇ ਲਈ, ਆਪਣੀ ਆਈਡੀਓਲੋਜੀ ਨੂੰ ਅੱਗੇ ਰੱਖਣ ਦੇ ਲਈ ਆਪਣੀ ਆਪਣੀ ਗੱਲ ਕਹੀ। ਅਤੇ ਹੁਣ ਹਾਕਮ ਸਰਕਾਰ ਕਾਂਗਰਸ ਜਿਹੜੀ ਹੈ ਉਹ ਜਦ ਸੱਤਾ ਦੇ ਵਿੱਚ ਆਈ ਤਾਂ ਉਹਨੇ ਲੋਕ ਲੁਭਾਵਣੇ ਵਾਅਦੇ ਕੀਤੇ ਕਿ ਅਸੀਂ ਇਹ ਕਰਾਂਗੇ, ਅਤੇ ਕਿਤੇ ਨਾ ਕਿਤੇ ਹੁਣ ਉਹ ਵੀ ਮੀਡੀਆ ਦੇ ਵਿੱਚ ਖਬਰਬੰਦੀ ਆ ਰਹੀ ਹੈ। ਔਰ ਕਈ ਵਾਰ ਅਸੀਂ ਇਹ ਵੀ ਵੇਖਿਆ ਕਿ ਜਿਹੜੇ ਵਾਅਦਿਆਂ ਦੇ ਉੱਤੇ ਗੱਲ ਹੋਈ ਉਹਨਾਂ ਬਾਰੇ ਕੋਈ ਵਿਚਾਰ ਵਟਾਂਦਰਾ ਹੋ ਨਹੀਂ ਰਿਹਾ, ਪੰਜਾਬ ਨੂੰ ਕਿਸੇ ਹੋਰ ਮੁੱਦਿਆਂ 'ਤੇ ਮੋੜਿਆ ਜਾ ਰਿਹਾ, ਕਿਉਂਕਿ ਹਰ ਕਿਸੇ ਨੂੰ ਉਮੀਦ ਹੈ ਕਿ ਕੁਛ ਨਾ ਕੁਛ ਜਿਹੜਾ ਭਵਿੱਖ ਹੈ ਉਹ ਜ਼ਰੂਰ ਵਧੀਆ ਹੋਏਗਾ, ਕਿਉਂਕਿ ਲੋੜ ਹੈਗੀ ਹੈ ਉਹਨਾਂ ਸਿਆਸਤਦਾਨਾਂ ਦੀ, ਲੋੜ ਹੈਗੀ ਹੈ ਉਹਨਾਂ ਬੁੱਧੀਜੀਵੀਆਂ ਦੀ, ਲੋੜ ਹੈਗੀ ਹੈ ਉਹਨਾਂ ਲੋਕਾਂ ਦੀ ਜੋ ਵਾਕਈ ਹੀ ਗੰਭੀਰ ਹਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ। ਕਿਉਂਕਿ ਹਜੇ ਤੱਕ ਮੁੱਦੇ ਇੱਕ ਵੀ ਮੁੱਦਾ ਮੈਨੂੰ ਦੱਸ ਦਿਓ ਜੇਕਰ ਕੋਈ ਖਤਮ ਹੋਇਆ ਹੋਏ ਔਰ ਜਿੱਤ ਪੰਜਾਬ ਦੀ ਹੋਈ ਹੋਏ। ਸਵੇਰੇ ਉੱਠਦਿਆਂ ਤੱਕ ਨਵਾਂ ਮੁੱਦਾ ਜਿਹੜਾ ਅਖਬਾਰਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ, ਨਵੀਂ ਗੱਲ ਜਿਹੜੀ ਅਖਬਾਰਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਜੇਕਰ ਮੈਂ ਹੁਣ ਪੋਲੀਟੀਕਲ ਐਨਾਲਿਸਿਸ ਕਰਾਂ ਤਾਂ ਸਾਰਿਆਂ ਨੇ ਪੰਜਾਬ ਨੂੰ ਸਿਰਫ ਇੱਕ ਪੋਲੀਟੀਕਲ ਸਟੇਟ ਬਣਾਇਆ, ਇੱਕ ਸਿਆਸੀ ਸਟੇਟ ਬਣੀ ਹੈ ਪੰਜਾਬ, ਲੇਕਿਨ ਮਸਲੇ ਨੂੰ ਲੈ ਕੇ ਕਿਸੇ ਨੇ ਵੀ ਗੰਭੀਰ ਤਰੀਕੇ ਨਾਲ, ਗੰਭੀਰ ਵਿਚਾਰਾਂ ਨਾਲ ਕਦੀ ਵੀ ਨਹੀਂ ਸੋਚਿਆ। ਔਰ ਮੈਨੂੰ ਬਹੁਤ ਦੁੱਖ ਹੁੰਦਾ ਕਿ ਜਦ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬ ਪ੍ਰਤੀ ਆਪਣੀ ਸੰਭਾਵਨਾ ਜਿਹੜੀ ਹੈ, ਆਪਣੀ ਜਿਹੜੀ ਸਿੰਪੈਥੀ ਹੈ, ਆਪਣੇ ਜਿਹੜੇ ਇਮੋਸ਼ਨਸ ਨੇ ਉਹ ਵਿਖਾਉਂਦੇ ਹਨ। ਔਰ ਤੁਸੀਂ ਕਾਲ ਕਰਕੇ ਵੀ ਸਾਡੇ ਜਿਹੜੇ ਹੋਰ ਕਾਲਰਸ ਨੇ ਉਹਨਾਂ ਨੂੰ ਵੀ ਤੁਸੀਂ ਮੋਟੀਵੇਟ ਕਰਦੇ ਹੋ ਔਰ ਤੁਸੀਂ ਉਹਨਾਂ ਨੂੰ ਵੀ ਦੱਸਦੇ ਹੋ, ਔਰ ਜਸ ਬ੍ਰੋਡਕਾਸਟਿੰਗ ਟੀਮ ਦਾ ਵੀ ਇਹ ਟੀਚ ਹੈ ਕਿ ਉਹਨਾਂ ਉੱਤੇ ਗੱਲ ਕੀਤੀ ਜਾ ਸਕੇ, ਤਾਂ ਕਿ ਇੱਕ ਗੱਲ ਜਿਹੜੀ ਆ ਇੱਕ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਉਹ ਹੋਏ ਔਰ ਉਹ ਹੋ ਵੀ ਰਹੀ ਹੈ। ਸਾਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਸਾਡੇ ਸਿਆਸਤਦਾਨ ਅਜਿਹੇ ਮਸਲੇ ਸਾਹਮਣੇ ਲੈ ਕੇ ਆ ਜਾਂਦੇ ਹਨ ਜੋ ਕਿ ਪੰਜਾਬ ਨੂੰ ਡਿਵੈਲਪ ਨਹੀਂ ਕਰ ਸਕਦੇ। ਫੋਰ ਦੀ ਬੈਟਰਮੈਂਟ ਆਫ ਪੰਜਾਬ ਵੀ ਕੈਨੋਟ ਸੇ ਦੈਟ ਦਿਸ ਇਸ਼ੂਜ਼ ਆਰ ਸਰਟਨਲੀ ਡੂਇੰਗ ਗੋਨਾ ਬੀ ਗੁੱਡ ਫੋਰ ਪੰਜਾਬ ਇਨ ਫਿਊਚਰ, ਨੋ, ਬਿਕੋਜ਼ ਦੇ ਟੇਕ ਆਰ ਆਈਡੀਓਲੋਜੀ, ਦੇ ਟੇਕ ਆਰ ਥੋਟਸ, ਦੇ ਟੇਕ ਆਰ ਥਿੰਗਸ ਇਨ ਟੂ ਸਮ ਡਿਫਰੈਂਟ ਸਟੇਜਸ, ਉਹ ਸਾਨੂੰ ਕਿਸੇ ਹੋਰ ਪਾਸੇ ਮੋੜ ਦਿੰਦੇ ਹਨ। ਉਹ ਚਾਹੁੰਦੇ ਨਹੀਂ ਹਨ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਗੱਲ ਹੋਏ, ਪੰਜਾਬ ਦੀ ਪੋਲੀਟੀਕਲ ਐਨਾਲਿਸਿਸ ਕੀ ਹੋਏਗੀ, ਕਿਵੇਂ ਪੰਜਾਬ ਦੇ ਹਾਲਾਤ ਠੀਕ ਹੋਣਗੇ, ਕਿਉਂਕਿ ਮਸਲਾ ਇੱਕ ਨਹੀਂ ਹੈਗਾ, ਮਸਲਿਆਂ ਦੀ ਅਸੀਂ ਕਹੀਏ ਸਾਡੇ ਕੋਲ ਇੰਨੀ ਤਾਦਾਦ ਹੈ ਕਿ ਸਵੇਰੇ ਤੱਕ ਅਗਰ ਮੈਂ ਤੁਹਾਡੇ ਸਾਹਮਣੇ ਮਸਲੇ ਰੱਖਦਾ ਰਹਾਂ ਨਾ, ਕੱਲ੍ਹ ਤੱਕ ਦੇ ਮੁੱਦੇ ਦੇ ਟਾਈਮ 'ਤੇ ਮਸਲੇ ਖਤਮ ਨਹੀਂ ਹੋਣਗੇ, ਇੰਨੀ ਵੱਡੀ ਲਿਸਟ ਹੈ। ਲੇਕਿਨ ਸਾਡਾ ਅਤੇ ਤੁਹਾਡਾ ਇਹੀ ਮਨ ਹੈ ਕਿ ਇੱਕ ਕੰਕਲੂਜਨ ਅਸੀਂ ਕੱਢੀਏ
ਔਰ ਉਸ ਕੰਕਲੂਜਨ ਦੇ ਨਾਲ ਨਾਲ ਅਜਿਹੇ ਸੁਜੈਸ਼ਨਸ ਅਜਿਹੇ ਫੀਡਬੈਕਸ ਰੱਖੀਏ ਜੋ ਵਾਕਈ ਹੀ ਪੰਜਾਬ ਨੂੰ ਬੈਟਰ ਕਰ ਸਕਦੇ ਹਨ ਔਰ ਕੋਈ ਮਾੜਾ ਨਹੀਂ ਹੈ ਔਰ ਮੈਨੂੰ ਲੱਗਦਾ ਕੋਈ ਇਹ ਕੰਮ ਜਿਹੜਾ ਕਿ ਨਹੀਂ ਹੋ ਸਕਦਾ ਇੱਕ ਨੀਅਤ ਦੀ ਗੱਲ ਹੁੰਦੀ ਹੈ ਇੱਕ ਸਾਫ਼ ਨੀਅਤ ਚਾਹੀਦੀ ਹੈ ਉਹ ਨੀਅਤ ਅੱਜ ਕੱਲ੍ਹ ਪੰਜਾਬ ਦੇ ਵਿੱਚ ਵਸਦੇ ਇੱਕ ਸਿਆਸਤਦਾਨ ਦੇ ਅੰਦਰ ਢੁੰਡੀ ਜਾ ਰਹੀ ਹੈ ਔਰ ਵਿਰੋਧੀ ਧਿਰ ਉਸ ਨੀਅਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕੇ ਹਨ ਔਰ ਵਿਰੋਧੀ ਧਿਰ ਇਹ ਵੀ ਕਹਿ ਚੁੱਕੇ ਹਨ ਕਿ ਇਹ ਝੂਠਾ ਹੈ ਲੇਕਿਨ ਇਸ ਸਿਆਸਤਦਾਨ ਨੂੰ ਹੁੰਗਾਰਾ ਹਾਲ ਫਿਲਹਾਲ ਦੇ ਵਿੱਚ ਪੰਜਾਬ ਦੇ ਅੰਦਰ ਅਤੇ ਵਿਦੇਸ਼ਾਂ ਦੇ ਵਿੱਚ ਮਿਲ ਰਿਹਾ ਬਿਲਕੁਲ ਠੀਕ ਸਮਝ ਰਹੇ ਹੋਗੇ ਤੁਸੀਂ ਮੈਂ ਕਿਸ ਪਾਸੇ ਤੁਹਾਨੂੰ ਮੋੜ ਰਿਹਾ ਜਾਂ ਫਿਰ ਕਿਸ ਪਾਸੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਔਰ ਕਿਸ ਪਾਸੇ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਾਉਣਾ ਚਾਹੁੰਦਾ ਬਿਲਕੁਲ ਮੈਂ ਗੱਲ ਕਰ ਰਿਹਾ ਸੁਖਪਾਲ ਖਹਿਰਾ ਦੀ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਨਵੀਂ ਪੋਲੀਟੀਕਲ ਜੰਗ ਦੀ ਜਿਹੜੀ ਹੁਣ ਵੇਖਣ ਨੂੰ ਮਿਲ ਰਹੀ ਹੈ ਇੱਕ ਹਵਾ ਸ਼ੁਰੂ ਹੋਈ ਹੈ ਜਿਹਨੂੰ ਅਸੀਂ ਸਿਆਸੀ ਹਵਾ ਕਹਿੰਦੇ ਹਾਂ ਔਰ ਉਹ ਪੰਜਾਬ ਦੀ ਧਰਤੀ ਦੇ ਉੱਤੇ ਚਾਰੋਂ ਪਾਸੇ ਚੱਲ ਰਹੀ ਹੈ ਕਿਉਂਕਿ ਮੈਂ ਕਈ ਸਾਰੇ ਕਾਲਰਸ ਦੀ ਕਾਲਸ ਨਹੀਂ ਲੈ ਪਾਇਆ ਸੀਗਾ ਜਦ ਪਿਛਲੀ ਵਾਰ ਅਸੀਂ ਮੁੱਦਾ ਕੀਤਾ ਸੀਗਾ ਔਰ ਉਸ ਤੋਂ ਪਹਿਲਾਂ ਜਦ ਅਸੀਂ ਐਨਾਲਿਸਿਸ ਕੀਤਾ ਸੀਗਾ ਕਿ ਹੁਣ ਕੀ ਬਣੇਗਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਕੀ ਬਣੇਗਾ ਆਮ ਆਦਮੀ ਪਾਰਟੀ ਤੋਂ ਅਗਰ ਵੱਖ ਹੁੰਦੇ ਨੇ ਸੁਖਪਾਲ ਖਹਿਰਾ ਤਾਂ ਉਹਦੇ ਕੀ ਕੋਨਸੀਕੁਐਂਸਿਸ ਉਹਨਾਂ ਨੂੰ ਭੁਗਤਣੇ ਪੈਣਗੇ ਜਾਂ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਹਟਾਏ ਜਾਂਦੇ ਹਨ ਤਾਂ ਉਹਦੇ ਕੀ ਕੋਨਸੀਕੁਐਂਸਿਸ ਹੋਣਗੇ ਤਾਂ ਉਹ ਅਸੀਂ ਜਿਹੜਾ ਐਨਾਲਿਸਿਸ ਕੀਤਾ ਸੀਗਾ ਅੱਜ ਤੋਂ ਪਿਛਲੇ ਵੀਕ ਦੇ ਵਿੱਚ ਜਦ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਸੀਗਾ ਮੁੱਦਾ ਔਰ ਉਸ ਤੋਂ ਬਾਅਦ ਹੀ ਸੁਖਪਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਹਟਾਇਆ ਜਾਂਦਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਹੋਰ ਸੀਨੀਅਰ ਲੀਡਰਸ ਨੇ ਉਹ ਵੱਖ ਹੋ ਜਾਂਦੇ ਹਨ ਔਰ ਜਿਹੜੇ ਹਿਮਾਇਤੀ ਹਨ ਸੁਖਪਾਲ ਖਹਿਰਾ ਦੇ ਉਹ ਸੁਖਪਾਲ ਖਹਿਰਾ ਦੇ ਨਾਲ ਤੁਰ ਪੈਂਦੇ ਹਨ ਬਠਿੰਡਾ ਦਾ ਕਨਵੈਨਸ਼ਨ ਤੱਕ ਹੋ ਜਾਂਦਾ ਸ਼ਕਤੀ ਪ੍ਰਦਰਸ਼ਨ ਤੱਕ ਹੋ ਜਾਂਦਾ ਇਹ ਐਨਾਲਿਸਿਸ ਅੱਜ ਦੇ ਮੁੱਦੇ ਦੇ ਵਿੱਚ ਹੀ ਕੀਤਾ ਗਿਆ ਸੀਗਾ ਔਰ ਤੁਸੀਂ ਉਸ ਮੁੱਦੇ ਦੇ ਵਿੱਚ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕੀਤੇ ਸੀਗੇ ਅਗਰ ਤੁਹਾਨੂੰ ਯਾਦ ਹੋਣਾ ਲੇਕਿਨ ਹੁਣ ਇਹ ਸਿਆਸੀ ਹਵਾ ਦੇ ਵਿੱਚ ਕਿਹੜੀਆਂ ਕਿਹੜੀਆਂ ਰਾਜਨੀਤਿਕ ਤਸਵੀਰਾਂ ਕਿਹੜੇ ਕਿਹੜੇ ਸਿਆਸੀ ਲੋਕ ਕਿਹੜੇ ਕਿਹੜੇ ਲੋਕ ਹੋਰ ਇਸ ਹਵਾ ਦੇ ਵਿੱਚ ਉਡਾਰੀਆਂ ਮਾਰ ਰਹੇ ਨੇ ਹਵਾ ਦੇ ਵਿੱਚ ਘੁੰਮ ਰਹੇ ਨੇ ਪੰਜਾਬ ਦੇ ਆਲੇ ਦੁਆਲੇ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਅਸੀਂ ਇਸ ਬਾਰੇ ਐਨਾਲਿਸਿਸ ਕਰਾਂਗੇ ਕਿਉਂਕਿ ਦਰਦ ਇਸ ਕਰਕੇ ਹੁੰਦਾ ਜਦ ਸਾਡੇ ਵਸਨੀਕ ਸਾਡੇ ਪੰਜਾਬ ਦੇ ਵੋਟਰਸ ਕਿਸੇ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਿਠਾਉਂਦੇ ਹਨ ਤਾਂ ਬਹੁਤ ਸਾਰੇ ਸੁਪਨੇ ਉਹ ਸੋਚ ਲੈਂਦੇ ਹਨ ਔਰ ਸਮੇਂ ਸਮੇਂ ਦੀਆਂ ਸਰਕਾਰਾਂ ਬਦਲੀਆਂ ਸਮੇਂ ਸਮੇਂ ਦੇ ਲੋਕ ਬਦਲੇ ਸਰਕਾਰਾਂ ਦੇ ਜਿਹੜੇ ਅਫਸਰ ਨੇ ਉਹ ਬਦਲੇ ਝੰਡਿਆਂ ਦੇ ਰੰਗ ਬਦਲੇ ਪੱਗਾਂ ਦੇ ਰੰਗ ਬਦਲੇ ਲੇਕਿਨ ਨਹੀਂ ਬਦਲੇ ਤਾਂ ਅੱਜ ਤੱਕ ਪੰਜਾਬ ਦੇ ਹਾਲਾਤ ਕੀ ਲੱਗਦਾ ਕਿ ਕੀ ਕਮੀ ਰਹੀ ਔਰ ਕੀ ਕੁਝ ਹੋ ਸਕਦਾ ਇਹ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਐਨਾਲਿਸਿਸ ਕਰਾਂਗੇ ਕਿ ਹੁਣ ਆਮ ਆਦਮੀ ਪਾਰਟੀ ਦਾ ਕੀ ਫਿਊਚਰ ਹੋ ਸਕਦਾ ਕੀ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਨਾਲ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਸਕਦੇ ਹਨ ਕੀ ਸੁਖਪਾਲ ਖਹਿਰਾ ਔਰ ਉਹਨਾਂ ਦੇ ਨਾਲ ਜਿਹੜੇ ਤਮਾਮ MLA ਨੇ ਉਹ ਲੋਕ ਇਨਸਾਫ ਪਾਰਟੀ ਯਾਨੀ ਕਿ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਪਾਰਟੀ ਦੇ ਨਾਲ ਇੰਡਲਜ ਹੋ ਸਕਦੇ ਹਨ ਕੀ ਹੁਣ ਤੀਜਾ ਫਰੰਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਇਲਾਵਾ ਕੋਈ ਹੋਰ ਅਜਿਹਾ ਫਰੰਟ ਤਿਆਰ ਹੋ ਰਿਹਾ ਜੋ ਕਿ ਸਾਹਮਣੇ ਆ ਸਕਦਾ ਕਿਉਂਕਿ ਹੁਣ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਚੰਡੀਗੜ੍ਹ ਵਿਖੇ ਜਿੱਥੇ ਸੁਖਪਾਲ ਖਹਿਰਾ ਨੇ ਇਸ ਪ੍ਰੈਸ ਕਾਨਫਰੰਸ ਦੀ ਅਗਵਾਈ ਕੀਤੀ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੜਸ਼ੰਕਰ ਤੋਂ ਜਿਹੜੇ MLA ਨੇ ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਉਹਨਾਂ ਨੂੰ ਜੁਆਇਨ ਵੀ ਕੀਤਾ ਅਤੇ ਪਿਛਲੇ ਇੱਕ ਹਫ਼ਤਿਆਂ ਤੋਂ ਇਹ ਜਿਹੜੀ ਸਿਆਸਤ ਦੇ ਵਿੱਚ ਰੰਗ ਨਵਾਂ ਵੇਖਣ ਨੂੰ ਮਿਲ ਰਿਹਾ ਇਹਨਾਂ ਰੰਗਾਂ ਦੇ ਵਿੱਚ ਕਿਹੜੇ ਕਿਹੜੇ ਕਲਰਸ ਹੁਣ ਆਉਣਗੇ ਔਰ ਆਮ ਆਦਮੀ ਪਾਰਟੀ ਔਰ ਸੁਖਪਾਲ ਖਹਿਰਾ ਦੀ ਇਸ ਨਵੀਂ ਆਈਡੀਓਲੋਜੀ ਨੂੰ ਸੁਖਪਾਲ ਖਹਿਰਾ ਦੇ ਨਾਲ ਹਿਮਾਇਤੀ ਜਿਹੜੇ ਨੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਰੰਗ ਭਰੇ ਜਾਣਗੇ ਔਰ ਉੱਥੇ ਬੈਠੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਕੀ ਕੁਝ ਗੂੰਜ ਸੁਣਨ ਨੂੰ ਮਿਲ ਰਹੀ ਹੈ ਕੋਈ ਦਰਵਾਜ਼ਾ ਖਟਖਟਾ ਰਿਹਾ ਕੇਜਰੀਵਾਲ ਦਾ ਕਿ ਸੁਣ ਲਓ ਸੁਖਪਾਲ ਖਹਿਰਾ ਇਹ ਕਰ ਰਿਹਾ ਸੁਖਪਾਲ ਖਹਿਰਾ ਕਹਿ ਰਿਹਾ ਅਸੀਂ ਨਹੀਂ ਸੁਣਾਂਗੇ ਦਿੱਲੀ ਵਾਲੇ ਜੋ ਮਰਜ਼ੀ ਬੋਲਦੇ ਰਹਿਣ ਅਸੀਂ ਤਾਂ ਆਪਣੀ ਗੱਲ ਕਵਾਂਗੇ ਹੁਣ ਜਿਹੜੇ ਇਹ ਦੋਨਾਂ ਦੇ ਵਿਚਕਾਰ ਇੱਕ ਆਪਸੀ ਡਾਇਲੋਗ ਵੇਖਣ ਨੂੰ ਮਿਲ ਰਿਹਾ ਤੰਜ ਕੱਸੇ ਜਾ ਰਹੇ ਹਨ ਵਿਰੋਧੀ ਧਿਰ ਵੱਲੋਂ ਕਿ ਇਹ ਪੰਜਾਬ ਨੂੰ ਖਰਾਬ ਕਰ ਦੇਣਗੇ ਆਪਣੀ ਆਪਸੀ ਮਤਭੇਦ ਦੇ ਕਾਰਨ ਆਪਸੀ ਕੰਟਰੋਵਰਸੀ ਦੇ ਕਾਰਨ ਇਹ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਸਕਣਗੇ ਲੇਕਿਨ ਬਠਿੰਡਾ ਦੇ ਵਿੱਚ ਜਦ 1 ਅਗਸਤ ਨੂੰ ਇਹ ਕਨਵੈਨਸ਼ਨ ਹੁੰਦੀ ਹੈ ਤਾਂ ਲਗਭਗ 20,000 ਦੇ ਕਰੀਬ ਜਿਹੜੇ ਪੰਜਾਬੀ ਨੇ ਆਲ ਓਵਰ ਵੱਖ ਵੱਖ ਦੂਜੇ ਸ਼ਹਿਰਾਂ ਤੋਂ ਬੱਸਾਂ ਭਰ ਕੇ ਟਰਾਲੀਆਂ ਭਰ ਕੇ ਪਹੁੰਚਦੇ ਹਨ ਇਹ ਮੈਂ ਨਹੀਂ ਕਹਿ ਰਿਹਾ ਇਹ ਉੱਥੇ ਦੀ ਹਾਲਾਤ ਉੱਥੇ ਦੀ ਫੁਟੇਜ ਦੱਸਦੀ ਹੈ ਔਰ ਜਦ ਅਸੀਂ ਮੁੱਦਾ ਵੀ ਕੀਤਾ ਸੀਗਾ ਤੁਹਾਡੇ ਸਾਹਮਣੇ ਰੱਖਿਆ ਸੀਗਾ ਸਾਡੇ ਸਹਿਯੋਗੀ ਅਮਿਤ ਸ਼ਰਮਾ ਬਠਿੰਡਾ ਤੋਂ ਜੁੜੇ ਸੀਗੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਤਪਦੀ ਧੁੱਪ ਦੇ ਵਿੱਚ ਲੋਕ ਉੱਥੇ ਪਹੁੰਚੇ ਔਰ ਹਿਮਾਇਤ ਕੀਤੀ ਸੁਖਪਾਲ ਖਹਿਰਾ ਦੀ ਅਤੇ ਹੁਣ ਅੱਜ ਇੱਕ ਨਵੀਂ ਬਹਿਸ ਇਸ ਕਰਕੇ ਸ਼ੁਰੂ ਹੋਈ ਹੈ ਕਿ ਕੀ ਹੁਣ ਪੰਜਾਬੀਆਂ ਨੂੰ
ਕੀ ਹੁਣ ਵਿਦੇਸ਼ਾਂ ਦੇ ਵਿੱਚ ਵਸਦੇ ਉਹਨਾਂ ਵੈਲ ਵਿਸ਼ਰਸ ਨੂੰ ਜੋ ਪੰਜਾਬ ਦੇ ਲਈ ਸੋਚਦੇ ਹਨ, ਕੀ ਹੁਣ ਉਹਨਾਂ ਨੂੰ ਸੁਖਪਾਲ ਖਹਿਰਾ 'ਤੇ ਵਿਸ਼ਵਾਸ ਹੈ? ਕਿਉਂਕਿ ਉਹਨਾਂ ਨੇ ਹਰ ਲੀਡਰ ਨੂੰ ਅਜ਼ਮਾ ਕੇ ਵੇਖ ਲਿਆ, ਕੀ ਹੁਣ ਉਹ ਸੁਖਪਾਲ ਖਹਿਰਾ ਨੂੰ ਜਾਂ ਫਿਰ ਉਹਨਾਂ ਦੇ ਹਿਮਾਇਤੀਆਂ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਇੱਕ ਚਾਂਸ ਦੇਣਾ ਚਾਹੁੰਦੇ ਹਨ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ? ਲੇਕਿਨ ਕੀ ਆਮ ਆਦਮੀ ਪਾਰਟੀ ਤਿਆਰ ਹੈ ਉਹਨਾਂ ਚੈਲੰਜਸ ਨੂੰ ਅਸੈਪਟ ਕਰਨ ਦੇ ਲਈ? ਕੀ ਆਮ ਆਦਮੀ ਪਾਰਟੀ ਪੰਜਾਬ ਦਾ ਭਰੋਸਾ ਜਿੱਤ ਪਾਏਗੀ? ਕੀ ਆਮ ਆਦਮੀ ਪਾਰਟੀ ਪੰਜਾਬੀਆਂ ਦਾ ਦਿਲ ਜਿੱਤ ਪਾਏਗੀ? ਕੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਨੇ ਉਹਨੂੰ ਉਠਾ ਪਾਏਗੀ? ਕੀ ਆਮ ਆਦਮੀ ਪਾਰਟੀ ਮਸਲਿਆਂ ਨੂੰ ਖਤਮ ਕਰ ਪਾਏਗੀ? ਕੀ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗੰਭੀਰ ਹੋਏਗੀ? ਕੀ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਲੈ ਕੇ ਗੰਭੀਰ ਹੋਏਗੀ? ਕੀ ਆਮ ਆਦਮੀ ਪਾਰਟੀ ਆਂਗਨਵਾੜੀ ਵਰਕਰਸ ਨੂੰ ਲੈ ਕੇ ਗੰਭੀਰ ਹੋਏਗੀ? ਕੀ ਪੰਜਾਬ ਦੇ ਵਿੱਚ ਜਵਾਨੀ ਖਤਮ ਕਰਨ ਦੇ ਲਈ ਆਮ ਆਦਮੀ ਪਾਰਟੀ ਜਾਂ ਫਿਰ ਸੁਖਪਾਲ ਖਹਿਰਾ ਵਚਨਬੰਧ ਹੋਣਗੇ? ਇਹ ਤਮਾਮ ਜਿਹੜੇ ਮਸਲੇ ਨੇ, ਇਹ ਤਮਾਮ ਜਿਹੜੇ ਸਵਾਲ ਨੇ, ਇਹ ਸਾਡੇ ਜ਼ਹਿਨ ਵਿੱਚ ਚੱਲ ਰਹੇ ਨੇ, ਤੁਹਾਡੇ ਜ਼ਹਿਨ ਵਿੱਚ ਚੱਲ ਰਹੇ ਨੇ। ਅੱਜ ਇਹਨਾਂ ਸਵਾਲਾਂ ਦੇ ਜਵਾਬ ਲਵਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਖੁਦ ਆਪ, ਜਿਹਨਾਂ ਨਾਲ ਤੁਸੀਂ ਫੋਨ 'ਤੇ ਕਈ ਵਾਰ ਅਸੀਂ ਤੁਹਾਨੂੰ ਮੁਖਾਤਿਬ ਕਰਾਇਆ, ਲੇਕਿਨ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਨਵੀਨ ਸ਼ਰਮਾ, ਸੀਨੀਅਰ ਜਰਨਲਿਸਟ ਫਰੋਮ ਇੰਡੀਆ, ਹੀ ਇਜ਼ ਇਨ ਨਿਊਯਾਰਕ। ਵੀ ਵੈਲਕਮ ਯੂ ਸਰ ਔਨ ਆਰ ਸ਼ੋ। ਅੱਜ ਦਾ ਮੁੱਦਾ, ਪ੍ਰਿਵਿਲੇਜ ਟੂ ਬੀ ਔਨ ਯੂਅਰ ਸ਼ੋ ਹਰਕੀਰਤ। ਨਵੀਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ। ਔਰ ਹੀ ਇਜ਼ ਇਨ ਨਿਊਯਾਰਕ, ਅਤੇ ਨਾਲ ਹੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਯੂ ਕੈਨ ਸੀ ਡਿਫਰੈਂਟ ਡਿਫਰੈਂਟ ਥਿੰਗਸ ਫੋਰ ਜਸ ਬ੍ਰੋਡਕਾਸਟਿੰਗ। ਹੀ ਇਜ਼ ਅ ਪਾਰਟ ਆਫ ਜਸ ਬ੍ਰੋਡਕਾਸਟਿੰਗ ਨਾਓ, ਅਤੇ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਰ ਅਹਿਮ ਭੂਮਿਕਾ ਜਿਹੜੇ ਨੇ ਨਵੀਨ ਜੀ ਨਿਭਾਉਂਦੇ ਨੇ, ਅਤੇ ਨਾਲ ਹੀ ਪੋਲੀਟੀਕਲ ਐਨਾਲਿਸਿਸ ਅਸੀਂ ਅੱਜ ਕਰਾਂਗੇ। ਔਰ ਆਪਣਾ ਕੀਮਤੀ ਜਿਹੜਾ ਸਮਾਂ ਇਹਨਾਂ ਨੇ ਪੂਰੀ ਜ਼ਿੰਦਗੀ ਦਾ 25-30 ਸਾਲ ਜਿਹੜੇ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਇਹਨਾਂ ਸਿਆਸੀ ਹਾਲਾਤਾਂ ਨੂੰ ਉਹਨਾਂ ਨੇ ਬੜੇ ਧਿਆਨ ਦੇ ਨਾਲ ਵੇਖਿਆ, ਆਪਣੇ ਸਾਹਮਣੇ ਵੇਖਿਆ। ਪੰਜਾਬ ਦੀ ਜੇਕਰ ਅਸੀਂ ਸਿਆਸੀ ਗੱਲ ਕਰੀਏ, ਪੰਜਾਬ ਦੇ ਵਿੱਚ ਸਿਆਸਤਦਾਨਾਂ ਦੀ ਗੱਲ ਕਰੀਏ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਤਾਂ ਇਹਨਾਂ ਨੇ ਆਪਣੇ ਅੱਖੋਂ ਤੋਂ ਸਭ ਕੁਝ ਵੇਖਿਆ ਹੋਇਆ, 25 ਸਾਲ ਦਾ ਤਜੁਰਬਾ ਹੈਗਾ, ਔਰ ਨਿਰਪੱਖ ਪੱਤਰਕਾਰੀਤਾ ਇਹਨਾਂ ਨੇ ਭਾਰਤ ਦੇ ਵਿੱਚ ਕੀਤੀ ਹੈ, ਅਤੇ ਹੁਣ ਲੈਂਡ ਆਫ ਓਪਰਚੁਨਿਟੀ ਅਮੈਰੀਕਾ ਦੇ ਵਿੱਚ ਆਏ ਨੇ। ਦੈਨ ਦੇਖਦੇ ਹਾਂ ਕਿ ਇਸ ਲੈਂਡ ਆਫ ਓਪਰਚੁਨਿਟੀ ਦੇ ਵਿੱਚ ਇਹ ਕਿਹੜੀ ਕਿਹੜੇ ਅਹਿਮ ਭੂਮਿਕਾ ਨਿਭਾਉਂਦੇ ਹਨ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਐਨਾਲਿਸਿਸ ਕਰਦੇ ਹਨ। ਮਿਸਟਰ ਸ਼ਰਮਾ, ਮੈਂ ਜ਼ਰੂਰ ਤੁਹਾਡੇ ਤੋਂ ਸਵਾਲ ਲਵਾਂਗਾ, ਔਰ ਦਰਸ਼ਕਾਂ ਨੂੰ ਵੀ ਜ਼ਰੂਰ ਜਾਣਕਾਰੀ ਅਸੀਂ ਦੇਵਾਂਗੇ ਕਿ ਆਖਿਰਕਾਰ ਕੀ ਭਵਿੱਖ ਹੈ ਪੰਜਾਬ ਦਾ, ਔਰ ਪੰਜਾਬ ਦੇ ਹਾਲਾਤਾਂ ਦਾ, ਔਰ ਪੰਜਾਬ ਦੇ ਮਸਲਿਆਂ ਦਾ। ਲੇਕਿਨ ਕਿੱਥੇ ਤੁਸੀਂ ਨਹੀਂ ਜਾਣਾ, ਪਾਣੀ ਦਾ ਘੁੱਟ ਭਰ ਲਓ, ਚਾਹ ਬਣਾ ਲਓ। ਮੈਂ ਆ ਰਿਹਾ ਸਿਰਫ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ।